ਜੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਿਰਕਾ ਪਿੰਡ ਦੀਆਂ ਸਮੂਹ ਸੰਗਤਾਂ ਗ੍ਰਾਮ ਪੰਚਾਇਤ NRIs ਦੇ ਸਹਿਯੋਗ ਨਾਲ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ, ਜਿਸ ਕਰਕੇ ਜ਼ਾਲਮ ਔਰੰਗਜ਼ੇਬ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ। ਅੱਜ ਪੂਰੇ ਦੇਸ਼ ਵਿੱਚ ਸੰਗਤਾਂ ਵੱਲੋਂ ਦੁੱਧ ਦੇ ਲੰਗਰ ਲਗਾਏ ਗਏ ਹਨ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਇਹ ਤੁਸੀਂ ਲੰਗਰ ਤੁਹਾਡਾ ਕਿੰਨਵਾਂ ਲੰਗਰ ਦੁੱਧ ਆ ਜੀ? ਇਹ ਲੰਗਰ ਅਨੰਤ ਜਾਰੀ ਹੋ ਗਿਆ ਜਦੋਂ ਵੀ ਅਗਲੇ ਸਾਲ ਜਿੱਦਾਂ ਵੀ ਸ਼ਹੀਦੀ ਪੁਰਬ ਆਊਗਾ। Subscribe now and press the bell icon. Never miss an update.